ਸ਼੍ਰੀ ਮੁਕਤਸਰ ਸਾਹਿਬ 6 ਜਨਵਰੀ ਵਿਆਹ ਦੇ ਨਾਮ ਤੇ ਇੱਕ ਵਿਚੋਲਣ ਵੱਲੋਂ ਮੁੰਡੇ ਵਾਲੇ ਪਰਿਵਾਰ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ। ਲੜਕਾ ਪਰਿਵਾਰ ਨੇ ਵਿਆਹ ਦੀਆਂ ਪੂਰੀਆਂ ਤਿਆਰੀਆਂ ਕੀਤੀਆਂ ਅਤੇ ਲੜਕਾ ਸਿਹਰਾ ਸਜਾ ਕੇ ਬਰਾਤ ਲੈ ਕੇ ਆਉਣ ਦੇ ਸਮੇਂ ਦੀ ਉਡੀਕ ਕਰ ਰਿਹਾ ਕਿ ਲਾਰੇ ਲਾ ਵਿਚੋਲਣ ਨੇ ਫੋਨ ਹੀ ਬੰਦ ਕਰ ਲਿਆ। ਹੁਣ ਸਾਰਾ ਮਾਮਲਾ ਪੁਲਿਸ ਕੋਲ ਪਹੁੰਚ ਗਿਆ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਵਾਰਦਾਤ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਵੜਿੰਗ ਦੀ ਹੈ, ਜਿੱਥੇ ਇੱਕ ਨੌਜਵਾਨ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਡੀਜੇ ਤੇ ਡਾਂਸ ਹੋ ਰਿਹਾ ਹੈ, ਸਿਹਰੇ ਦੀ ਰਸਮ ਹੋ ਰਹੀ ਹੈ, ਹਲਵਾਈ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਬਣਾ ਰਹੇ ਨੇ, ਪਰ ਇਸ ਦਰਮਿਆਨ ਹੀ ਖਬਰ ਆਉਂਦੀ ਹੈ ਕਿ ਉਹਨਾਂ ਦੇ ਨਾਲ ਵਿਆਹ ਦੇ ਨਾਂ ਤੇ ਠੱਗੀ ਹੋਈ ਹੈ ਅਤੇ ਇਹ ਕਥਿਤ ਠੱਗੀ ਵੀ ਉਹਨਾਂ ਦੇ ਪਿੰਡ ਦੀ ਔਰਤ ਜੋ ਕਿ ਰਿਸ਼ਤਾ ਕਰਵਾਉਣ ਵਾਲੀ ਵਿਚੋਲਣ ਸੀ ਕਿ ਕੀਤੀ ਹੈ। ਲਾੜੇ ਦਾ ਅਤੇ ਲਾੜੇ ਦੇ ਪਿਤਾ ਦਾ ਕਹਿਣਾ ਹੈ ਕਿ ਪਿੰਡ ਦੀ ਰਹਿਣ ਵਾਲੀ ਔਰਤ ਨੇ ਉਹਨਾਂ ਨੂੰ ਕਿਹਾ ਕਿ ਉਹਨਾਂ ਦੀ ਜਾਣ ਪਹਿਚਾਣ ਦੀ ਵਿੱਚ ਇੱਕ ਕੁੜੀ ਹੈ ਜਿਸ ਦਾ ਪਿਤਾ ਨਹੀਂ ਹੈ। ਉਸ ਔਰਤ ਨੇ ਵਿਆਹ ਲਈ ਕਥਿਤ ਤੌਰ ਤੇ 50,000 ਦੀ ਮੰਗ ਕੀਤੀ ਜੋ ਕਿ ਉਹਨਾਂ ਨੇ ਦੇ ਦਿੱਤੇ। ਕੁੜੀ ਦੇ ਪਰਿਵਾਰ ਵੱਲੋਂ ਇਸ ਔਰਤ ਨੇ ਹੀ ਨੌਜਵਾਨ ਨੂੰ ਸ਼ਗਨ ਪਵਾ ਦਿੱਤਾ। 4 ਜਨਵਰੀ ਨੂੰ ਬਰਾਤ ਲਈ ਮਿਤੀ ਨਿਯਮ ਹੋਈ। ਉਹ ਨੌਜਵਾਨ ਦੇ ਪਿਤਾ ਅਨੁਸਾਰ 4 ਜਨਵਰੀ ਦੀ ਸਵੇਰ ਨੂੰ ਇਸ ਔਰਤ ਨੇ 10,000 ਦੀ ਹੋਰ ਮੰਗ ਕੀਤੀ ਕਿ ਉਹ ਕੁੜੀ ਵਾਲਿਆਂ ਦੇ ਘਰ ਜਾ ਕੇ ਤਿਆਰੀ ਕਰਵਾ ਦੇਵੇਗੀ। ਉਹਨਾਂ ਬਰਾਤ ਦੀ ਤਿਆਰੀ ਕਰ ਲਈ, ਪਰ 4 ਜਨਵਰੀ ਬਾਅਦ ਦੁਪਹਿਰ ਤੱਕ ਵੀ ਜਦ ਕਥਿਤ ਵਿਚੋਲਣ ਦਾ ਕੋਈ ਫੋਨ ਨਾ ਆਇਆ ਤਾਂ ਉਹਨਾਂ ਫੋਨ ਕੀਤਾ ਤਾਂ ਉਹ ਕਦੇ ਕੁੜੀ ਦੇ ਭੱਜ ਜਾਣ ਅਤੇ ਕਦੇ ਕਿਸੇ ਦੀ ਮੌਤ ਸੰਬੰਧੀ ਬਹਾਨੇ ਲਾਉਣ ਲੱਗੀ ਅਤੇ ਫਿਰ ਫੋਨ ਬੰਦ ਕਰ ਲਿਆ। ਲੜਕੇ ਵਾਲੇ ਪਰਿਵਾਰ ਅਨੁਸਾਰ ਉਹਨਾਂ ਦਾ 3-4 ਲੱਖ ਰੁਪਏ ਖਰਚ ਆ ਗਿਆ ਅਤੇ ਵਿਚੋਲਣ ਜੋ ਉਹਨਾਂ ਦੇ ਪਿੰਡ ਦੀ ਹੈ ਠੱਗੀ ਮਾਰ ਕੇ ਰਫੂ ਚੱਕਰ ਹੋ ਗਈ ਹੈ। ਉਹਨਾਂ ਇਸ ਸੰਬੰਧੀ ਪੁਲਿਸ ਨੂੰ ਵੀ ਸੂਚਨਾ ਦੇ ਦਿੱਤੀ ਹੈ। ਹੋਰ ਉਹਨਾਂ ਨੇ ਕੀ ਕਿਹਾ, ਆਓ ਸੁਣਦੇ ਹਾਂ ਪੂਰੀ ਖਬਰ। ਅੰਗਰੇਜ਼ ਸਿੰਘ ਆ ਜੀ, ਕਿੱਥੇ ਦੇ ਰਹਿਣ ਵਾਲੇ ਹੋ? ਵਿਣਗਾ ਦੇ ਜੀ। ਕੀ ਮਾਮਲਾ ਕੀ ਹੈਗਾ, ਪੂਰਾ ਘਟਨਾ ਕੀ? ਮਾਮਲਾ ਕੀ ਹੈ ਜੀ, ਇਹਨੇ ਪਹਿਲਾਂ ਰਿਸ਼ਤਾ ਕਰਾਇਆ ਸੀਗਾ, ਰਿਸ਼ਤਾ ਕਰਾਇਆ ਨੇ ਅਤੇ ਇਹਨੇ ਆਪਣਾ 50,000 ਰੁਪਈਆ ਲਵਾਤਾ, ਇਹਨੇ ਆਪ ਲੈ ਲਿਆ। ਠੀਕ ਹੈ, 50,000 ਲੈ ਕੇ ਮੈਨੂੰ ਆਉਂਦੀ ਵੀ ਕੋਈ ਚੱਕਰ ਨਹੀਂ ਗਾ ਵੀ ਕੁੜੀ ਦਾ ਮਾਂ ਪਿਓ ਹੈ ਨਹੀਂ ਗਾ ਅਤੇ ਮਾਂ ਹੈਗੀ ਹੈ। ਠੀਕ ਹੈ, ਅਤੇ ਆਉਂਦੀ ਅਖੇ ਵੀ ਮੈਂ ਆਪੇ ਸਕਣ ਪਾਊਂਗੀ, ਸਾਰਾ ਕੁਛ ਮੈਂ ਆਪੇ ਕਰੂੰਗੀ, ਕੋਈ ਟੈਨਸ਼ਨ ਨਹੀਂ ਗੀ। ਆਹ ਵੇਲੋ 50,000 ਰੁਪਈਆ ਲੈ ਗਈ ਆ, ਸਬਜ਼ੀਆਂ ਪਈਆਂ ਸਾਰਾ ਕੁਛ ਪਿਆ ਅਤੇ ਆਹ ਟੈਂਡਰ ਲੱਗਿਆ ਪਿਆ, ਇਹਦਾ ਖਰਚਾ ਵੇਲੋ, ਡੀਏ ਵਾਲਿਆਂ ਦੇ ਖਰਚੇ ਵੇਲੋ। ਕੀ ਇਹਨੇ ਕਿਹਾ ਕੀ ਸੁਣੋ, ਉਸ ਤੋਂ ਬਾਅਦ ਬਰਾਤ ਨੂੰ ਜਦੋਂ ਬਰਾਤ ਲੈ ਕੇ ਜਾਣਾ, ਬਰਾਤ ਲੈ ਕੇ ਜਾਣਾ ਸੀ, ਕਹਿੰਦੀ 10,000 ਰੁਪਇਆ ਹੋਰ ਦੇ ਮੈਨੂੰ। ਫਿਰ ਉਸ ਤੋਂ ਬਾਅਦ ਕੀ ਕੀਤਾ, ਬਰਾਤ ਜੋ 10,000 ਰੁਪਇਆ ਦਿੱਤਾ ਤੁਸੀਂ? 10,000 ਰੁਪਇਆ ਦਿੱਤਾ ਸੀ, ਅਸੀਂ ਇਹਨੂੰ 2:30 ਵਜੇ ਤੱਕ ਡਿੱਕਿਆ, ਨਹੀਂ ਆਈਗੀ। ਮੈਂ ਕਿਹਾ ਬਰਾਤਾਂ ਲੋਕਾਂ ਦੀਆਂ ਤਾਂ ਮੁੜਨ ਵਾਲੀਆਂ ਅਤੇ ਸਾਡੀ ਬਰਾਤ ਕਿਉਂ ਨਹੀਂ ਜਾਂਦੀ ਕਿਤੇ, ਅਤੇ ਇਹਨੇ ਫੋਨ ਬੰਦ ਕਰ ਲਿਆ। ਓਕੇ, ਫੋਨ ਬੰਦ ਕਰ ਲਿਆ ਅਤੇ ਉਦੋਂ ਬਾਅਦ ਇਹ ਨੌਂ ਸੀ ਪੁੱਤ ਸੀਗਾ, ਉਹ ਇੱਥੋਂ ਭੱਜ ਗਈ। ਇੱਕ ਬੰਦਾ ਗਿਆ, ਕਾਨੂੰਨੀ ਰੱਖਿਆ ਇਹਨੇ। ਕੀ ਕਿਹਾ ਇਹਨਾਂ ਨੇ, ਕਿਹਾ ਕਿ ਤੁਹਾਨੂੰ ਬਰਾਤ ਜਦੋਂ ਲੈ ਕੇ ਜਾਣੀ ਸੀ ਉਸ ਤੋਂ ਬਾਅਦ ਕੀ ਇਹਨਾਂ ਨੇ ਕਿਹਾ ਤੁਹਾਨੂੰ? ਇਹ ਆਉਂਦੀ ਵੀ ਜਾ ਕੇ ਮੈਂ ਤੁਹਾਨੂੰ ਦੱਸਦੀ, ਮੈਂ ਤਿਆਰੀ ਕਰਾਉਣੀ ਆ ਜੀ, ਉੱਥੇ ਜਾ ਕੇ 10,000 ਰੁਪਈਆ ਲੈ ਗਏ। ਓਕੇ, ਉਸ ਤੋਂ ਬਾਅਦ ਕੀ ਤੁਹਾਨੂੰ ਇਹਨਾਂ ਨੇ ਕਿਹਾ, ਵੀ ਮੈਸੇਜ ਕੀ ਦਿੱਤਾ ਤੁਹਾਨੂੰ ਵੀ ਬਰਾਤ ਆਊਗੀ ਲੈ ਕੇ ਆਓ ਜਾਂ ਨਹੀਂ? ਇਹ ਆਉਂਦੀ ਵੀ ਪਹਿਲਾਂ ਤਾਂ ਆਉਂਦੀ ਸੀ ਵੀ ਕੁੜੀ ਭੱਜ ਗਈ, ਫਿਰ ਆਉਂਦੀ ਮਰਗੂਗੀ। ਮੰਗ ਕੀ ਕਰਦੇ? ਮੰਗ ਕੀ ਕਰ ਰਹੇ ਸਾਡੇ ਮੁਸਾਫਿਰ, ਵੇਖ ਲਓ ਤੁਸੀਂ ਵੀ ਗਰੀਬੀ ਦਾਵਾ ਹੈ, ਰੁਪਈਆ 3-4 ਲੱਖ ਰੁਪਈਆ ਲਾਈ ਬੈਠਾ ਮੈਂ, ਸਾਨੂੰ ਇਨਸਾਫ ਚਾਹੀਦਾ ਜੀ। ਇਹ ਚੀਜ਼ ਤਾਂ ਕੁਲਵਿੰਦਰ ਸਿੰਘ ਆ ਜੀ, ਕੀ ਕਹਿਣਾ ਚਾਹੁੰਗੇ ਅੱਜ ਜੋ ਘਟਨਾ? ਮੇਰੇ ਇਹ ਰਿਸ਼ਤੇਦਾਰ ਆ ਵੀਰ ਜੀ, ਇਹ ਮੇਰੇ ਸਾਲਾ ਸਾਹਿਬ, ਮੇਰੇ ਮਾਮਾ ਜੀ ਆ, ਅਤੇ ਇਹਨਾਂ ਨੇ ਵੀਰ ਜੀ ਇੱਥੇ ਆਪਣਾ ਵਿਚੋਲਣ ਨੇ ਇਹਨਾਂ ਨੂੰ ਧੋਖਾਧੜੀ ਕੀਤੀ ਹੈ, ਵਿਚੋਲਣ ਨੇ ਪੂਰੀ 420 ਕੀਤੀ ਹੈ ਜੀ ਇਹਨਾਂ ਨਾਲ। ਪੈਸਾ ਇਹਨਾਂ ਤੋਂ 50,000 ਰੁਪਈਆ ਪਹਿਲਾਂ ਲੈ ਚੁੱਕੀ ਹੈ,
ਫਿਰ ਇਹਨਾਂ ਨੂੰ ਉਹਨਾਂ ਨੇ ਕਿਹਾ ਸੀ ਵੀ 4 ਤਰੀਕ ਨੂੰ ਅਸੀਂ ਤੁਹਾਡੀ ਬਰਾਤ ਲੈ ਕੇ ਜਾਵਾਂਗੇ। ਉਹ 10,000 ਰੁਪਇਆ ਫਿਰ ਲੈ ਕੇ ਉੱਥੋਂ ਕੁੜੀ ਵਾਲਿਆਂ ਦੇ ਘਰ ਗਈ, ਕਹਿੰਦੀ ਮੈਂ ਕੁੜੀ ਵਾਲੇ ਦੀ ਤਿਆਰੀ ਕਰਵਾਉਣੀ ਆ। ਅਸੀਂ ਉਸ ਤੋਂ ਬਾਅਦ ਉਹਨੂੰ ਜੀ 2-4 ਘੰਟੇ ਫੋਨ ਟਰਾਈ ਕੀਤਾ ਪਰ ਉਹਨੇ ਸਾਡਾ ਫੋਨ ਨਹੀਂ ਚੱਕਿਆ। ਅਤੇ ਫਿਰ ਉਹ ਆ ਕੇ ਜੀ ਘਰ ਆ ਕੇ ਆਪਦੇ ਉਹਨੇ ਇਹ ਗੱਲ ਆਖੀ ਜੀ ਉਹਨਾਂ ਦੀ ਕੁੜੀ ਭੱਜ ਗਈ ਹੈ, ਸਾਡੇ ਘਰ ਨਹੀਂ ਆਈ ਅਜੇ। ਘਰ ਆਪਦੇ ਆ ਕੇ ਕਹਿੰਦੀ ਉਹਨਾਂ ਦੀ ਕੁੜੀ ਭੱਜ ਗਈ। ਅਸੀਂ ਫਿਰ ਜਾ ਕੇ ਉਹਨੂੰ ਪੁੱਛਿਆ ਵੀ ਤੁਸੀਂ ਇੱਦਾਂ ਨਾ ਕਰੋ, ਤੁਸੀਂ ਸਾਡੀ ਬੇਇੱਜ਼ਤੀ ਕਰਵਾ ਰਹੇ ਆ ਪਿੰਡ ਦੇ ਵਿੱਚ, ਵੀ ਸਾਡਾ ਕੋਈ ਹੱਲ ਕਰੋ। ਅਤੇ ਫਿਰ ਕਹਿੰਦੀ ਮੈਂ ਚੱਲ ਕੋਈ ਨਾ ਕਿਸੇ ਪਾਸੇ ਹੋਰ ਟਰਾਈ ਕਰਦੀ ਹਾਂ। ਟਰਾਈ ਕੀ ਕਰਨੀ ਸੀ, ਸਿਰਫ ਉਹਨਾਂ ਨੇ ਸਾਡੇ ਨਾਲ ਧੋਖਾ ਕੀਤਾ, ਧੋਖਾ ਧੜੀ ਵਿੱਚ ਉਹ ਸਾਡੇ ਤੋਂ 50,000 ਰੁਪਇਆ ਵੀ ਲੈ ਗਈ ਹੈ। ਸਾਡਾ ਜਿਹੜਾ ਖਰਚਾ ਵੀਰ ਜੀ ਇਹ ਹੁਣ ਵੇਖ ਲਓ ਵੀ 3-4 ਲੱਖ ਰੁਪਏ ਦੇ ਨੇੜ ਅਸੀਂ ਖਰਚਾ ਕਰ ਬੈਠੇ ਹਾਂ ਇਦੋਂ ਪਹਿਲਾਂ। ਅਤੇ ਇਹ ਗਰੀਬ ਬੰਦਾ ਸਿਰ ਹੀ ਲੱਗਦਾ ਵਿਚਾਰਾ, ਇਹਦੀ ਮਦਦ ਸਾਨੂੰ ਇਨਸਾਫ ਚਾਹੀਦਾ, ਇਹਦੀ ਮਦਦ ਕੀਤੀ ਜਾਵੇ ਪੂਰੀ ਡੱਟ ਕੇ। ਕੀ ਘਟਨਾ ਕੀ ਹੋਈ ਹੈ, ਪੂਰਾ ਮਾਮਲਾ ਕੀ? ਇਹ ਕਹਿੰਦੇ ਜੀ ਥੋੜ੍ਹਾ ਸਾਣ ਪਾਲਨੀ ਹੈ, ਮੈਂ ਇਹਨੇ ਆਪ ਹੀ ਪਾਇਆ ਦੀ ਕੁੜੀ ਦੇ ਪਿਓ ਹੈਗਾ ਜੀ, ਠੀਕ ਹੈ ਜੀ। ਅਸੀਂ ਇਹ ਕਹਿੰਦੀ ਮੇਰੀ ਜ਼ਿੰਮੇਵਾਰੀ ਹੈ, ਠੀਕ ਹੈ। ਅਸੀਂ ਆਖਿਆ ਚਲੋ ਜੀ ਠੀਕ ਹੈ, ਪਿੰਡ ਦਾ ਮਸਲਾ ਅਸੀਂ ਜ਼ਿੰਮੇਵਾਰੀ, ਇਹ ਕਹਿੰਦੀ ਮੇਰੀ ਜ਼ਿੰਮੇਵਾਰੀ। ਅਸੀਂ ਚੱਲ ਠੀਕ ਹੈ ਜੀ, ਇਹਨੇ ਸ਼ਗਨ ਪਾਤਾ ਮੈਨੂੰ, ਮੈਨੂੰ ਕਹਿੰਦੀ 4 ਤਰੀਕ ਦੀ ਤੇਰੀ ਬਰਾਤ ਆ, ਠੀਕ ਹੈ। 20 ਪੋਹ ਦਾ ਆਨੰਦ ਤਾਂ ਵਧੂੰਗੀ ਮੈਂ ਜੀ, ਠੀਕ ਹੈ ਜੀ। ਇਹਨੇ ਮੁੜ ਕੇ ਅਸੀਂ ਫੋਨ ਲਾਈ ਗਏ ਤੜਕੇ, ਇਹ ਕਹਿੰਦੀ ਵੀ ਮੈਂ 10,000 ਰੁਪਇਆ ਲੈ ਕੇ ਜਾਊਂ ਜੀ, ਠੀਕ ਹੈ ਜੀ। 10,000 ਰੁਪਇਆ ਦੇ ਦਾ 8 ਵਜੇ ਨੂੰ, ਕਹਿੰਦੀ ਮੈਂ ਜਾਂਦੀ ਹਾਂ ਕੁੜੀ ਵਾਲਿਆਂ ਦੀ ਆ ਕੇ ਤਿਆਰੀ ਕਰਾਉਂਦੀ ਹਾਂ। ਜਾ ਕੇ ਇਹਨੇ ਅਸੀਂ ਫੋਨ ਲਾਇਆ, ਕਹਿੰਦੀ ਵੀ 2-2:30 ਵਜੇ ਤੁਸੀਂ ਤੋਰੋ ਜੇ ਬਰਾਤ। 2-2:30 ਵਜੇ ਫੋਨ ਲਾਇਆ, ਉਦੋਂ ਬਾਅਦ ਇਹਨੇ ਫੋਨ ਨਹੀਂ ਚੱਕਿਆ ਗਾ। ਘਰ ਆ ਕੇ ਕਹਿੰਦੀ ਕਿ ਕੁੜੀ ਭੱਜ ਗਈ। ਮੁੜ ਕੇ ਅਸੀਂ ਕਿਹਾ ਫਿਰ ਇੱਕ ਵਾਰੀ ਪੁੱਛ ਲਾ, ਉਹ ਕਹਿੰਦੀ ਕੁੜੀ ਦਾ ਭਰਾ ਮਰ ਗਿਆ ਜੀ। ਹੁਣ ਅਸੀਂ ਮਜ਼ਦੂਰੀ ਕਰਨ ਵਾਲਿਆਂ, ਮੇਰਾ ਪਿਓ ਵੀ ਮਜ਼ਦੂਰੀ ਕਰਦਾ, ਮੈਂ ਵੀ ਕਰਦਾ ਜੀ, ਅਸੀਂ ਗਰੀਬ ਬੰਦੇ ਹਾਂ ਜੀ। ਸਾਡਾ 3-4 ਲੱਖ ਰੁਪਇਆ ਖਰਚਾ ਆ, ਸਾਨੂੰ ਇਹ ਗੱਲ ਦਾ ਇਨਸਾਫ ਦਿੱਤਾ ਜਾਵੇ। ਇਹਨੇ ਕਿੰਨੇ ਪੈਸੇ ਲਏ ਸੀ ਤੁਹਾਡੇ ਤੋਂ? ਇਹਨੇ ਸਾਡੇ ਤੋਂ 50,000 ਰੁਪਇਆ ਲਿਆ ਸੀ। ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਤੁਸੀਂ? ਹਾਂਜੀ। ਗਿੱਦੜਵਾਹਾ ਤੋਂ ਸੋਨੀ ਢੱਲਾ ਦੀ ਰਿਪੋਰਟ।